ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਾਰਾ ਗੁਰਪਾਲ ਅਤੇ ਮੈਂ ਸਿਰਫ ਇਹ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿਸ ਡਿਗਨਿਟੀ ਨਾਲ ਮੈਂ ਗਈ ਸੀ ਉਹ ਡਿਗਨਿਟੀ ਨਾਲ ਮੈਂ ਵਾਪਸ ਆਈ ਹਾਂ। ਜੇ ਤੁਸੀਂ ਗੱਲ ਕਰੋ ਜਨਤਾ ਅਤੇ ਆਵਾਮ ਦੀ, ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਹੈ, ਕਿਉਂਕਿ ਜਿੱਦਾਂ ਹੀ ਮੈਂ ਵਾਪਸ ਆਈ ਹਾਂ ਮੈਂ ਸਭ ਕੁਝ ਦੇਖ ਰਹੀ ਹਾਂ। ਆਈ ਐਮ ਲੁਕਿੰਗ ਐਟ ਐਵਰੀਥਿੰਗ ਐਂਡ ਆਈ ਐਮ ਓਵਰਵੈਲਮਡ ਵਿਦ ਐਵਰੀਥਿੰਗ ਦੈਟ ਇਜ਼ ਹੈਪਨਿੰਗ। ਮੇਰੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਬਹੁਤ ਅਨਫੇਅਰ ਸੀਗਾ, ਕਿਉਂਕਿ ਜੇ ਜਨਤਾ ਮੈਨੂੰ ਅਗਰ ਜਨਤਾ ਨੇ ਮੈਨੂੰ ਨਿਕਾਲਣਾ ਥਾ ਤਾਂ ਮੈਂ ਖੁਸ਼ ਹੋਤੀ ਕਿ ਚਲੋ ਮੇਰੀ ਪਰਸਨੈਲਿਟੀ ਨਹੀਂ ਐਸੀ ਹੈ, ਆਈ ਚੇਂਜ ਮਾਈ ਪਰਸਨੈਲਿਟੀ ਜਾਂ ਕੁਛ ਵੀ। ਬਟ ਜਨਤਾ ਕੋ ਮੇਰੀ ਪਰਸਨੈਲਿਟੀ ਅੱਛੀ ਲੱਗ ਰਹੀ ਥੀ, ਨੇਸ਼ਨ ਕੋ ਮੇਰੀ ਪਰਸਨੈਲਿਟੀ ਅੱਛੀ ਲੱਗ ਰਹੀ ਥੀ। ਉਸਕੇ ਬਾਅਦ ਅਗਰ ਇੱਕ ਇਨਸਾਨ ਕੀ ਵਜ੍ਹਾ ਸੇ ਅਗਰ ਇਹ ਚੀਜ਼ ਹੋਤੀ ਹੈ ਤਾਂ ਦੈਟ ਇਜ਼ ਟੋਟਲੀ ਅਨਫੇਅਰ ਐਂਡ ਆਈ ਰੀਲੀ ਰੀਲੀ ਅਸੈਪਟਿਡ। ਮੈਨੇ ਟਾਸਕ ਸੇ ਲੈ ਕੇ ਹਰ ਚੀਜ਼ ਕੀ, ਘਰ ਕਾ ਕਾਮ ਹੋਇਆ ਕੁਛ ਵੀ, ਐਂਡ ਆਈ ਐਮ ਵੈਰੀ ਪ੍ਰਾਊਡ ਆਫ ਇਟ। ਬਟ ਜੋ ਵੀ ਹੁਆ ਹੀਨਾ ਐਂਡ ਗੋ ਹਰ ਵਿਲ ਆਲਸੋ ਅਗੇਂਸਟ ਇਟ, ਵੋ ਨਹੀਂ ਚਾਹਤੇ ਥੇ ਐਸਾ। ਬਟ ਇੱਕ ਇਨਸਾਨ ਕੀ ਅਗਰ ਚਲਤੀ ਹੈ ਤੋ ਆਈ ਕੁਡਨਟ ਸੇ ਐਨੀਥਿੰਗ, ਬਿਕਾਜ਼ ਬਿਗ ਬੋਸ ਕਾ ਫਰਮਾਨ ਥਾ ਕਿ ਸੀਨੀਅਰ ਇਹ ਡਿਸੀਜ਼ਨ ਲੇਂਗੇ ਔਰ ਸੀਨੀਅਰ ਹੀ ਇਹ ਚੀਜ਼ ਕਰੇਂਗੇ, ਤੋ ਦਿਸ ਇਜ਼ ਫਾਈਨ। ਅਗਰ ਜਨਤਾ ਕੀ ਬਾਤ ਕਰੇ, ਕਿ ਜਨਤਾ ਕਾ ਸ਼ੋਅ ਹੈ, ਰਿਐਲਿਟੀ ਸ਼ੋਅ ਹੈ, ਇੰਡੀਆ ਕਾ ਨੰਬਰ ਵਨ ਸ਼ੋਅ ਹੈ, ਅਗਰ ਵੋ ਮੁਝੇ ਕੁਛ ਕਹਿਤੇ ਤੋ ਮੁਝੇ ਖੁਸ਼ੀ ਹੋਤੀ। ਬਟ ਇਟ ਜਸਟ ਅਬਾਊਟ ਵਨ ਪਰਸਨ। ਐਨੀ ਵੇਜ਼, ਲਾਈਫ ਇਜ਼ ਪ੍ਰੀਟੀ ਅਨਫੇਅਰ, ਬਟ ਯੂ ਗੋਟਾ ਬੀ ਸਟਰੋਂਗ। ਜੋ ਬਾਹਰ ਨਿਕਲ ਕੇ ਮੁਝੇ ਪਿਆਰ ਔਰ ਇਹ ਚੀਜ਼ਾਂ ਦਿਖੀਆਂ ਆਪ ਲੋਕੋ ਕੀ, I can't thank you enough. This is overwhelming and I really wish ki is cheez ka jawab mile sabko, and game must go on.